ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ 'ਚ 10 ਸਾਲ ਦੇ ਬਾਅਦ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਲਈ ਖੇਡਾਂ ਦੀ ਸ਼ੁਰੂਆਤ ਅੰਮ੍ਰਿਤਸਰ ਵਿਖੇ ਕੀਤੀ ਗਈ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਇਸ ਖੇਡ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਬੱਚਿਆਂ ਲਈ ਵਿਸ਼ੇਸ਼ ਫੰਡ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। SGPC ਅਤੇ ਅਕਾਲੀ ਦਲ ਵੱਲੋਂ ਇਤਿਹਾਸ ਦੀ ਕਿਤਾਬ 'ਚ ਸਿੱਖ ਇਤਿਹਾਸ ਦੇ ਗਲਤ ਰੂਪ ਦੇ ਮਾਮਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਜਾਣਬੁੱਝ ਕੇ ਇਸ ਮਾਮਲੇ ਨੂੰ ਧੁੱਲ ਦੇ ਰਿਹਾ ਹੈ, ਜਦਕਿ ਇਹ ਗਲਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਰਫ ਤੇ ਸਿਰਫ ਸਿਆਸਤ ਕਰ ਰਿਹਾ ਹੈ, ਜਦਕਿ ਕਾਂਗਰਸ ਪਾਰਟੀ ਹਮੇਸ਼ਾ ਗੁਰੂ ਸਾਹਿਬ ਦਾ ਸਤਿਕਾਰ ਕਰਦੀ ਹੈ ਤੇ ਕਰਦੀ ਰਹੇਗੀ। ਜਿਹੜਾ ਸਾਡਾ ਇਹ ਟੂਰਨਾਮੈਂਟ ਆ ਉਹ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਜਿਹੜਾ ਹੈ ਉਹ ਸਟੇਟ ਵੱਲੋਂ ਡਿਪਾਰਟਮੈਂਟ ਵੱਲੋਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਥੇ ਅੱਜ ਉਹਦੀ ਅੱਜ ਓਪਨਿੰਗ ਹੈ। ਸੋ ਮੈਂ ਸਮਝਦਾ ਕੁਆਲਿਟੀ ਐਜੂਕੇਸ਼ਨ ਦੇ ਨਾਲ ਨਾਲ ਚੰਗੀਆਂ ਗੇਮਾਂ ਦਾ ਹੋਣਾ ਵੀ ਬੜਾ ਜ਼ਰੂਰੀ ਹੈ। ਫਿਜ਼ੀਕਲ ਤੌਰ 'ਤੇ ਬੱਚੇ ਫਿੱਟ ਰਹਿੰਦੇ ਨੇ ਜੇ ਚੰਗੀਆਂ ਗੇਮਾਂ ਐਜੂਕੇਸ਼ਨ ਦੇ ਨਾਲ ਹੋਣ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗੇਮਾਂ ਜਿਹੜੀਆਂ ਪਿੱਛੇ ਬੰਦ ਰਹੀਆਂ ਨੇ ਹੁਣ ਜਿਹੜੀਆਂ ਕਾਂਗਰਸ ਦੀ ਸਰਕਾਰ ਵੇਲੇ ਅਸੀਂ ਚਾਲੂ ਕੀਤੀਆਂ ਨੇ। ਬੱਚਿਆਂ ਦਾ ਮਾਨਸਿਕ ਤੌਰ 'ਤੇ ਉਨਾ ਚਿਰ ਵਿਕਾਸ ਨਹੀਂ ਹੁੰਦਾ ਜਿੰਨਾ ਚਿਰ ਗੇਮਾਂ ਨਾ ਹੋਣ। ਬੱਚਿਆਂ ਦੀ ਐਜੂਕੇਸ਼ਨ ਉਨਾ ਚਿਰ ਠੀਕ ਨਹੀਂ ਹੁੰਦੀ ਜਿੰਨਾ ਚਿਰ ਗੇਮਾਂ ਨਾ ਹੋਣ। ਸੋ ਮੈਂ ਸਮਝਦਾ ਫਿਜ਼ੀਕਲ ਲੈਵਲ 'ਤੇ ਬੱਚੇ ਜਿਹੜੇ ਨੇ ਫਿੱਟ ਰਹਿੰਦੇ ਨੇ। ਸੋ ਅੱਜ ਦੀਆਂ ਜਿਹੜਾ ਇਹ ਟੂਰਨਾਮੈਂਟ ਹੈ ਇੱਥੇ ਜਿਹੜਾ ਸਟੇਟ ਲੈਵਲ ਦਾ ਕਰਵਾਇਆ ਜਾ ਰਿਹਾ ਇਹਦੇ 'ਚ ਤਕਰੀਬਨ 5,000 ਦੇ ਕਰੀਬ ਬੱਚਾ ਜਿਹੜਾ ਪਾਰਟੀਸਪੇਟ ਕਰ ਰਿਹਾ। ਸਾਰੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਕਮ ਸੇ ਕਮ ਜਿੰਨੇ ਪ੍ਰਿੰਸੀਪਲ ਨੇ ਉਹ ਇੱਥੇ ਆਏ ਨੇ, ਸਾਰੇ ਬੱਚੇ ਆਏ ਨੇ। ਇਹਨਾਂ ਦਾ ਰਹਿਣ ਵਾਸਤੇ ਇੰਤਜ਼ਾਮ ਜਿਹੜਾ ਡਿਪਾਰਟਮੈਂਟ ਵੱਲੋਂ ਸਾਡੇ DO ਦੋਵੇਂ ਇੱਥੇ ਬਿਰਾਜਮਾਨ ਨੇ, ਮੈਡਮ ਸੁਨੀਤਾ ਕਿਰਨ ਕਿਉਂਕਿ ਪ੍ਰਾਇਮਰੀ ਦੀ ਐਲੀਮੈਂਟਰੀ DO ਆ, ਨਾਲ ਸਾਡੇ ਸਮਰਾ ਜੀ ਨੇ ਜਿਹੜੇ ਸਾਡੇ ਸੈਕੰਡਰੀ DO ਨੇ। ਸੋ DPI ਸਾਡੇ ਬੈਠੇ ਨੇ ਪੰਜਾਬ ਦੇ ਪ੍ਰਾਇਮਰੀ ਦੇ। ਸੋ ਇਹਨਾਂ ਨੇ ਬੜਾ ਚੰਗਾ ਇੱਥੇ ਇੰਤਜ਼ਾਮ ਕੀਤਾ, ਰਹਿਣ ਵਾਸਤੇ ਕੀਤਾ, ਖਾਣ ਵਾਸਤੇ ਕੀਤਾ, ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜਿਹੜੀ ਆ ਉਹ ਅਸੀਂ ਸਰਕਾਰ ਵੱਲੋਂ ਰਹਿਣ ਨਹੀਂ ਦੇਣੀ। ਤਕਰੀਬਨ 1.5 ਕਰੋੜ ਰੁਪਈਆ ਜਿਹੜਾ ਹੈ ਉਹ ਇਹਨਾਂ ਗੇਮਾਂ 'ਤੇ ਆ ਬੱਚਿਆਂ ਵਾਸਤੇ ਉਹ ਖਰਚ ਕੀਤਾ ਜਾ ਰਿਹਾ ਸਰਕਾਰ ਵੱਲੋਂ, ਐਜੂਕੇਸ਼ਨ ਡਿਪਾਰਟਮੈਂਟ ਵੱਲੋਂ। ਵੇਖੋ ਮੈਂ ਇਹਨਾਂ ਮੇਰੇ ਮਗਰੋਂ, ਮੈਂ ਆਊਟ ਆਫ ਕੰਟਰੀ ਸੀਗਾ, ਇਹਨਾਂ ਮਗਰੋਂ ਆ ਛੋਸ਼ਾ ਕੋਈ ਛੱਡਿਆ। ਮੈਂ ਕੱਲ੍ਹ ਜਾ ਰਿਹਾ ਚੰਡੀਗੜ੍ਹ, ਉੱਥੇ ਬੋਰਡ ਚੇਅਰਮੈਨ ਪੁੱਛਾਂਗਾ ਕੀ ਇਹਦੇ 'ਚ ਸੱਚਾਈ ਆ। ਸੋ ਕੋਈ ਇਹੋ ਜਿਹੀ ਗੱਲ ਨਹੀਂ, ਪਹਿਲੋਂ ਇਹਨਾਂ ਰੌਲਾ ਪਾਇਆ। ਇਹਨਾਂ ਦੇ ਕਹਿਣ 'ਤੇ CM ਸਾਹਿਬ ਨੇ ਕਮੇਟੀ ਬਣਾ ਦਿੱਤੀ। ਪੰਜਾਬ ਦੇ ਉਹ ਜਿਹੜੇ ਵਿਦਵਾਨ ਸਨ ਜਿਨ੍ਹਾਂ ਦੀ ਕਮੇਟੀ ਬਣਾਈ ਆ, ਜਿਨ੍ਹਾਂ ਨੇ ਸਿਲੇਬਸ ਹੁਣ ਤਿਆਰ ਕੀਤਾ, ਉਹ ਇਹਨਾਂ ਦੇ ਕਹਿਣ 'ਤੇ ਦੋ ਇਹਨਾਂ ਦੇ ਮੈਂਬਰ ਪਾਏ ਨੇ ਕਮੇਟੀ 'ਚ, ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ ਵੀ ਨੇ। ਉਹਨਾਂ ਦੀ ਗੱਲ ਨਹੀਂ ਸੁਣੀ, ਗੱਲ ਕਿਉਂ ਨਹੀਂ ਸੁਣੀ? ਉਹ ਦੱਸੋ ਇਹਨਾਂ ਨੂੰ ਅੱਜ ਚੇਤਾ ਆ ਜਦੋਂ ਸਾਰਾ ਸਿਲੇਬਸ ਤਿਆਰ ਹੋ ਗਿਆ, ਪਹਿਲਾਂ ਕਿਉਂ ਨਹੀਂ ਇਹਨਾਂ ਗਿਆ? ਪਹਿਲਾਂ ਕਿਉਂ ਨਹੀਂ ਗਿਆ? ਪਹਿਲਾਂ ਮੀਟਿੰਗਾਂ 'ਚ ਮੇਰੇ ਨਾਲ ਮੀਟਿੰਗਾਂ ਕਰਦੇ ਰਹੇ ਨੇ, ਆਪ ਬਹਿੰਦੇ ਰਹੇ ਨੇ। ਇਹਨਾਂ ਨੂੰ ਕੋਈ ਨਾ ਕੋਈ ਕੀ ਚਾਹੀਦੀ, ਇਸ਼ੂ ਕੋਈ ਨਾ ਕੋਈ ਬਣਾਉਣਾ ਚਾਹੁੰਦੇ ਨੇ। ਇਹਨਾਂ ਨੂੰ ਜ਼ਿਆਦਾ ਪਿਆਰ ਹੈ, ਸਾਨੂੰ ਪਿਆਰ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਡੇ, ਅਸੀਂ ਉਹਨਾਂ ਨੂੰ ਗੁਰੂਆਂ ਦੇ ਸਮਾਨ ਮੰਨਦੇ ਹਾਂ, ਉਹ ਸਾਡੇ ਗੁਰੂ ਨੇ, ਅਸੀਂ ਆਪਣੇ ਗੁਰੂਆਂ ਦਾ ਸਤਿਕਾਰ ਕਰਦੇ ਹਾਂ। ਸਾਡੇ ਉਹ ਗੁਰੂ ਨੇ, ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੀ ਇੰਨੀ ਦੇਣ ਆ। ਮੈਂ ਸਮਝਣਾ ਸਾਰਾ ਪਰਿਵਾਰ ਉਹਨਾਂ ਨੇ ਕੌਮ ਦੀ ਖਾਤਰ, ਖਾਸ ਕਰਕੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ, ਐਡੇ ਸਾਡੇ ਮਹਾਨ ਗੁਰੂ ਨੇ ਜਿਨ੍ਹਾਂ ਦੀ ਇੰਨੀ ਦੇਣ ਆ ਕੌਮ ਨੂੰ। ਮੈਂ ਸਮਝਣਾ ਸਾਨੂੰ ਭੁੱਲਣਾ ਨਹੀਂ ਚਾਹੀਦਾ, ਜੇ ਇਹਨਾਂ ਦੇ ਜ਼ਿਆਦਾ ਨੇ ਇਹ ਸਭ ਕੁਝ ਐਵੇਂ ਪੋਲੀਟੀਕਲ ਲੈਵਲ 'ਤੇ ਸਭ ਕੁਝ ਕਰਦੇ ਨੇ। ਸੋ ਇਹ ਪੋਲੀਟੀਕਲ ਮੈਰਿਜ ਲੈਣਾ ਚਾਹੁੰਦੇ ਨੇ, ਜਿਹੜੀ ਕਿ ਇਹਨਾਂ ਨੂੰ ਕਦੀ ਵੀ ਇਹਨਾਂ ਦੇ ਜਿਹੜੇ ਜੋ ਸੋਚ ਆ ਇਹਨਾਂ ਦੀ ਗਲਤ ਸੋਚ ਆ ਉਹ ਕਦੀ ਠੀਕ ਨਹੀਂ ਇਹਨਾਂ ਦੀ ਹੋਣੀ। ਸੋ ਇਸ ਕਰਕੇ ਸਾਡੀ ਕੋਈ ਇਹੋ ਜਿਹੀ ਸੋਚ ਨਹੀਂ, ਇਹਨਾਂ ਵਰਗੀ ਸੋਚ ਨਹੀਂ। ਅਸੀਂ ਪੰਜਾਬ ਲਈ ਸੋਚ ਆ, ਸਾਡੀ ਪੰਜਾਬ ਪ੍ਰਤੀ ਸੋਚ ਆ, ਸਾਡੇ ਪੰਜਾਬ ਦੇ ਲੋਕਾਂ ਪ੍ਰਤੀ ਸੋਚ ਆ, ਸਾਡੀ ਐਜੂਕੇਸ਼ਨ ਪ੍ਰਤੀ ਸੋਚ ਆ, ਸਾਡੇ CM ਸਾਹਿਬ ਦੀ ਸੋਚ ਇੱਕੋ ਹੀ ਆ ਕਿ ਅਸੀਂ ਪੰਜਾਬ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ। ਜੇ ਇਹਨਾਂ ਨਾਲ ਵੱਧ ਸਤਿਕਾਰ ਜਿਹੜਾ ਗੁਰੂ ਸਮਾਨ ਦਾ ਅਸੀਂ ਕਰਦੇ ਹਾਂ, ਅਸੀਂ ਕੋਈ ਸਾਡੇ ਗੁਰੂ ਨਹੀਂ, ਇਹਨਾਂ ਦੇ ਇਕੱਲਿਆਂ ਦੇ ਗੁਰੂ ਨੇ, ਸਾਡੇ ਵੀ ਗੁਰੂ ਨੇ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।